ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਤੇ ਹੁਣ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜੀ ਹਾਂ, ਮਾਮਲਾ ਹੈ ਕਿ ਇੱਕ NRI ਔਰਤ ਹੈ ਜਿਹੜੇ ਕਿ ਲੋਪੋ ਪਿੰਡ ਮੋਗਾ ਵਿਖੇ ਰਹਿਣ ਵਾਲੇ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਗਰਾਓਂ ਦੇ ਹੀਰਾ ਬਾਗ ਦੇ ਵਿੱਚ ਕੋਠੀ ਪਈ ਹੈ। ਉਸ ਕੋਠੀ ਤੇ ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਨੇ ਕਬਜ਼ਾ ਕੀਤਾ ਹੋਇਆ, ਜਿਸ ਨੂੰ ਲੈ ਕੇ ਉਹਨਾਂ ਨੇ SSP ਤੋਂ ਲੈ ਕੇ DGP ਤੱਕ ਗੁਹਾਰ ਲਗਾਈ ਹੈ। ਕਈ ਮੰਤਰੀਆਂ ਦੇ ਅੱਗੇ ਜਾ ਕੇ ਗਿੜਗਿੜਾਏ ਨੇ, ਲੇਕਿਨ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ। ਉੱਥੇ ਹੀ ਵਿਧਾਇਕਾ ਮਾਨੂਕੇ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਈ ਕਬਜ਼ਾ ਨਹੀਂ ਕੀਤਾ, ਉਹ ਪਹਿਲਾਂ ਵੀ ਕਿਰਾਏ ਵਾਲੀ ਕੋਠੀ 'ਚ ਰਹਿੰਦੇ ਸਨ, ਉਸ ਤੋਂ ਬਾਅਦ ਵੀ ਨਵੀਂ ਕਿਰਾਏ ਵਾਲੀ ਕੋਠੀ 'ਚ ਗਏ ਨੇ। ਜੇ ਹੁਣ ਉਸ ਤੋਂ ਬਾਅਦ ਉਸ ਨਵੀਂ ਕਿਰਾਏ ਵਾਲੀ ਕੋਠੀ ਦੇ ਦੋ ਮਾਲਕ ਨਿਕਲ ਆਏ ਆ, ਤਾਂ ਇਸ ਵਿੱਚ ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਨੇ ਕਿਹਾ ਕਿ ਮੈਂ ਜਿਸ ਇਨਸਾਨ ਤੋਂ ਕੋਠੀ ਕਿਰਾਏ ਤੇ ਲਈ ਹੈ ਉਹਨੂੰ ਕੋਈ ਦਿੱਕਤ ਨਹੀਂ ਹੈ, ਲੇਕਿਨ ਇਹ NRI ਔਰਤ ਕਹਿ ਰਹੀ ਹੈ ਕਿ ਇਹ ਕੋਠੀ ਉਹਦੀ ਹੈ। ਸੋ ਉਹ ਆਪ ਪੰਜਾਬ ਪੁਲਿਸ ਨੂੰ ਇਸ ਵਿੱਚ ਮਦਦ ਕਰਨਗੇ ਇਹ ਕਹਿਣ ਵਿੱਚ ਕਿ ਮੈਂ ਇਸ ਪਰਟੀਕੂਲਰ ਬੰਦੇ ਤੋਂ ਕੋਠੀ ਲਈ ਹੈ, ਹੁਣ ਇਹਦੇ ਮਾਲਕ ਦੋ ਨਿਕਲ ਰਹੇ ਆ, ਇੱਕ NRI ਔਰਤ ਮਾਲ ਨਿਕਲ ਰਹੀ ਹੈ। ਸੋ ਹੁਣ ਇਹ ਪੰਜਾਬ ਪੁਲਿਸ ਵਾਸਤੇ ਤਫਤੀਸ਼ ਦਾ ਵਿਸ਼ਾ ਹੋਊਗਾ ਕਿ ਜੋ NRI ਔਰਤ ਦੋਸ਼ ਲਗਾ ਰਹੀ ਹੈ ਉਹ ਸੱਚੀ ਹੈ ਜਾਂ ਸਰਬਜੀਤ ਕੌਰ ਮਾਨੂਕੇ ਸੱਚੇ ਨੇ ਜੋ ਕਹਿ ਰਹੇ ਆ ਕਿ ਉਹਨਾਂ ਨੇ ਇੱਕ ਪਰਟੀਕੂਲਰ ਇਨਸਾਨ ਦੇ ਕੋਲੋਂ, ਵਿਅਕਤੀ ਕੋਲੋਂ ਜਿਸ ਦੇ ਨਾਮ ਤੇ ਉਹ ਕੋਠੀ ਹੈ ਜਿਹਦਾ ਕਿਰਾਇਆ ਨਾਮਾ ਵੀ ਬਣਿਆ ਹੋਇਆ ਉੱਤੇ ਦਸਤਖਤ ਸਾਈਨ ਕੀਤੇ ਹੋਏ ਨੇ, ਇਹ ਕੋਠੀ ਉਹਦੀ ਹੈ। ਪਰ ਫਿਲਹਾਲ ਸੁਖਬੀਰ ਸਿੰਘ ਬਾਦਲ ਨੇ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਕਾਨੂੰਨ ਸਭ ਲਈ ਇੱਕੋ ਜਿਹਾ ਹੁੰਦਾ, ਫਿਰ ਚਾਹੇ ਕੋਈ ਆਪ ਵੀ ਕੋਠੀ ਤੇ ਕਬਜ਼ਾ ਕਰਨ ਵਾਲਾ ਵਿਧਾਇਕ ਜਾਂ ਵਿਧਾਇਕਾ ਹੀ ਕਿਉਂ ਨਾ ਹੋਵੇ, ਕਿਤੇ ਨਾ ਕਿਤੇ ਉਸ NRI ਔਰਤ ਨੂੰ ਵੀ ਇਨਸਾਫ਼ ਦੇਣਾ ਚਾਹੀਦਾ ਹੈ। ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਅਸੀਂ ਇਨਸਾਫ਼ ਦਿਵਾਉਣ ਲਈ ਲੋਕਾਂ ਦੇ ਨਾਲ ਹਰ ਵਕਤ ਖੜ੍ਹੇ ਹਾਂ।